ਪਹੁੰਚ ਗਏ 8-9 ਨਵੰਬਰ ਦੀ ਦਰਮਿਆਨੀ ਰਾਤ ਨੂੰ ਜੀ। ਇੱਥੇ ਇੱਕ ਬੁੱਢਾ ਪਾਰਕ ਹੈਗਾ, ਉੱਥੇ ਸਾਨੂੰ ਇੱਕ ਅਨਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ, ਅਣਪਛਾਤੀ ਲਾਸ਼, ਜਿਹਨੂੰ ਪਹਿਚਾਣ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਸੀਂ, 72 ਘੰਟੇ ਰੱਖਿਆ ਵੀ, ਅਖਬਾਰ 'ਚ ਵੀ ਦਿੱਤਾ ਸਾਰਿਆ, ਇੱਥੇ ਵੀ ਆਲੇ ਦੁਆਲੇ ਦਿਖਾਇਆ, ਲੇਕਿਨ ਉਹਦੀ ਪਹਿਚਾਣ ਨਹੀਂ ਹੋ ਸਕੀ। ਅਤੇ ਇਹਦਾ ਮੇਨ ਟਾਈਮ ਸਾਨੂੰ 13 ਤਰੀਕ ਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਆ ਕਿ ਜਿਹੜੇ ਬੰਦੇ ਹੈਗੇ ਆ ਇੱਥੇ ਮੋਟਰਸਾਈਕਲ ਵਗੈਰਾ ਚੋਰੀ ਕਰਦੇ, ਹੋਰ ਇੱਦਾਂ ਲੁੱਟਾਂ ਖੋਹਾਂ ਦਾ ਕੰਮ ਕਰਦੇ ਹੈਗੇ ਆ। ਉਸ ਇਨਫੋਰਮੇਸ਼ਨ ਦੇ ਉੱਤੇ ਸਾਡੇ ਇੰਚਾਰਜ ਸਾਹਿਬ ਚੌਕੀ ਗਿਆ, SHO ਸਾਹਿਬ ਨੇ ਇੱਕ ਬਣਾ ਕੇ ਅਤੇ ਕਰਮਜੀਤ ਸਿੰਘ ਏਲੀਅਸ ਲੱਲੂ ਨੂੰ ਫੜਿਆ ਅਤੇ ਉਹਦੇ ਕੋਲੋਂ ਇੱਕ ਮੋਟਰਸਾਈਕਲ ਚੋਰੀ ਦਾ ਜਿਹੜਾ ਇਸ ਵੇਲੇ ਉਹ ਚਲਾ ਰਿਹਾ ਸੀਗਾ ਉਹਨੂੰ ਫੜਿਆ। ਅਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਪਣੀ ਅਗਲੀ ਪੁੱਛਗਿੱਛ 'ਚ ਦੱਸਿਆ ਕਿ ਉਹਦੇ ਕੋਲ 5 ਮੋਟਰਸਾਈਕਲ ਹੋਰ ਮਿਲੇ ਸਾਨੂੰ ਚੋਰੀ ਦੇ, ਅਤੇ ਜਿਹੜੇ ਕਿ ਇੱਥੇ ਖੋਹਾਂ ਖਾਂ 'ਤੇ ਜਿੱਦਾਂ ਚੋਰੀ ਕਰਦੇ ਇੱਦਾਂ ਦੀਆਂ ਕਰਦੇ ਆ। ਔਰ ਇਹਦੇ ਹੀ ਇਹਨੇ ਹੀ ਇਨਕਸ਼ਾਫ ਕੀਤਾ ਕਿ ਜਿਹੜੀ 8-9 ਦੀ ਦਰਮਿਆਨੀ ਰਾਤ ਨੂੰ ਜੋ ਡੈੱਡ ਬੋਡੀ ਮਿਲੀ ਸੀਗੀ ਉਹ ਇਹਨਾਂ ਨੇ ਹੀ ਉਹਦਾ ਕਤਲ ਕੀਤਾ ਸੀ, ਤੇਜ਼ ਧਾਰ ਛੁਰੇ ਮਾਰ ਕੇ ਉਹਦੀ ਛਾਤੀ ਦੇ ਵਿੱਚ। ਉਹ 4500 ਰੁਪਈਆ ਸੀਗਾ ਇਹ ਉਹਨੂੰ ਕਿਤੇ ਖੋਣ ਪਏ ਰਾਤ ਨੂੰ, ਅਤੇ ਉਹਨੇ ਅੱਗੋਂ ਮੁਲਾਮਤ ਕੀਤੀ ਅਤੇ ਜਿਹਦੇ ਸਿੱਟੇ ਵਜੋਂ ਇਹਨਾਂ ਨੇ ਉਹਦੇ ਸਿੱਧਾ ਖੰਜਰ ਮਾਰਤਾ ਛਾਤੀ ਦੇ ਵਿੱਚ। ਅਤੇ ਉਹ ਫਿਰ ਜਦੋਂ ਅਸੀਂ ਇਹਨੂੰ ਪੁੱਛਿਆ ਇਹਦੇ ਨਾਲ ਦੇ ਜਿਹੜੇ 2 ਬੰਦੇ ਸੀਗੇ ਅਤੇ ਉਹ ਹੈਗੇ ਜੀ ਇੱਕ ਰਮਨਦੀਪ ਸਿੰਘ ਅਤੇ ਇੱਕ ਹੈਗਾ ਰਣਜੀਤ ਕੁਮਾਰ ਚੌਹਾਨ, ਇਹ ਬਨੀ ਪਿੰਡ ਦਾ ਰਮਨ ਇੱਥੇ ਅਨੰਦਪੁਰ ਸਾਹਿਬ ਦਾ ਹੀ ਆ। ਅਤੇ ਇਹ ਮੋਟਰਸਾਈਕਲ ਚੋਰੀ ਵੀ ਇਕੱਠੇ ਕਰਦੇ ਹੈਗੇ ਆ, 3 ਜਣੇ ਰਲ ਕੇ, ਅਤੇ ਇੱਦਾਂ ਦਾ ਖੋ ਖਾ ਵੀ ਕਰਦੇ ਹੈਗੇ ਆ। ਅਤੇ ਫਿਰ ਜਦੋਂ ਉਹਨਾਂ ਬਾਰੇ ਅਸੀਂ ਜਦੋਂ ਕੀਤਾ ਮਜੀਦ ਪੁੱਛ ਪੜਤਾਲ ਅਤੇ ਉਹ ਇਹਦੇ ਵਿੱਚ ਆਇਆ ਕਿ ਉਹ GRP ਪੁਲਿਸ ਸਟੇਸ਼ਨ ਅੰਬਾਲਾ ਨੇ ਪਹਿਲਾਂ ਹੀ ਫੜੇ, ਇਹਨਾਂ ਨੇ ਉੱਥੇ ਵੀ ਇੱਕ 5-12 ਨੂੰ ਕਤਲ ਕੀਤਾ ਸੀਗਾ, ਔਰ ਇੱਕ ਕਤਲ ਕੀਤਾ ਸੀਗਾ ਅਤੇ ਇੱਕ ਹੋਰ ਬੜਾ ਸੀਰੀਅਸਲੀ ਇੰਜਰਡ ਸੀਗਾ ਬੰਦਾ, ਉਹ ਵੀ 5-12 ਨੂੰ ਉੱਥੇ 2 ਵਾਰਦਾਤਾਂ ਉੱਥੇ ਕੀਤੀਆਂ ਹੋਈਆਂ ਸੀਗੀਆਂ। ਅਤੇ ਮੀਨਸ ਕਿ 1 ਮਹੀਨੇ ਦੇ ਘੱਟ ਅਰਸੇ ਦੇ ਵਿੱਚ ਇਹਨਾਂ ਨੇ 2 ਕਤਲ ਕੀਤੇ ਹੋਏ ਸੀਗੇ ਅਤੇ ਪਲੱਸ ਜਿਹੜੇ ਆ ਚੋਰੀਆਂ ਇਹਨਾਂ ਨੇ ਕੀਤੀਆਂ ਸੀਗੀਆਂ। ਅਤੇ ਉਹਦੇ ਬਿਹਾਫ 'ਤੇ ਫਿਰ ਅਸੀਂ ਉਹਦਾ ਇਨਕਸ਼ਾਫ ਲਿਖ ਕੇ ਉੱਧਰੋਂ ਵੀ ਸਾਨੂੰ ਆ ਗਿਆ ਕਿ ਉੱਥੇ ਵੀ ਉਹ ਮੰਨੇ ਹੈਗੇ ਆ, ਅਤੇ ਅਸੀਂ ਇਹ ਜਿਹੜੇ 3 ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ। ਅਤੇ ਇਹਨਾਂ ਦੀ ਹੋਰ ਜਿਹੜੀ ਅਗਲੀ ਵਜੀਦ ਅਸੀਂ ਪੁੱਛਗਿੱਛ ਕਰ ਰਹੇ ਹੈਗੇ, ਜੇ ਕੋਈ ਹੋਰ ਵੀ ਇਹਨਾਂ 'ਚੋਂ ਗੱਲ ਨਿਕਲੂਗੀ ਤਾਂ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ।